ਸਰਦੂਲਗੜ੍ਹ ਦੇ ਦੋ ਬੱਚਿਆਂ ਦੀ ਵੀਡੀਓ ਵਾਇਰਲ ਹੋਈ ਸੀ ਉਸ ਤੋਂ ਬਾਅਦ ਅਪਡੇਟ ਤੁਹਾਡੇ ਨਾਲ ਸਾਂਝਾ ਕਰਨਾ ਸੀ ਕਿ ਉਸੇ ਘਰ ਦੇ ਬਾਹਰ ਮੌਜੂਦ ਹਾਂ ਘਰ ਬਣਨਾ ਸ਼ੁਰੂ ਹੋ ਗਿਆ ਉਹਨਾਂ ਬੱਚਿਆਂ ਦੇ ਅੱਜ ਸੁਪਨੇ ਪੂਰੇ ਹੋਣਗੇ ਜਿਨ੍ਹਾਂ ਦੇ ਸੁਪਨੇ ਹਾਲਾਤਾਂ ਕਾਰਨ ਮਜਬੂਰੀਆਂ ਕਾਰਨ ਦਬ ਗਏ ਸੀ ਅੱਜ ਉਹਨਾਂ ਬੱਚਿਆਂ ਦੇ ਸੁਪਨੇ साकार होणगे। दोस्तों वीडियो नू शेयर कर दिओ सब तो पहला क्योंकि ये उही मकान है जिस दे विच पूजा ते करणवीर दोवें अपना जीवन बतीत कर रहे सी पर अज उन्हां दे सुपनियां दा महल फिर तो सिरजन लई तैयार है ते हुण निर्माण हो रहा है उसे सुपनियां दे खाबां दे महल दा ते कम शुरू हो गया है। ਲੋਕਾਂ ਦਾ ਤਾਂਤਾ ਲੱਗ ਗਿਆ ਮਿਲਣ ਵਾਲਿਆਂ ਦਾ ਲੋਕਾਂ ਨੇ ਭੀੜ ਅਤੇ ਦੁਆਵਾਂ ਬੱਚਿਆਂ ਨੂੰ ਬਹੁਤ ਜ਼ਿਆਦਾ ਦੁਆਵਾਂ ਦੇਣ ਲਈ ਲੋਕ ਦੂਰੋਂ ਦੂਰੋਂ ਆ ਰਹੇ ਨੇ ਤੁਹਾਨੂੰ ਦਿਖਾਉਂਦੇ ਹਾਂ। ਅੱਜ ਵੀ ਸਾਡੇ ਇੱਥੇ ਪਹੁੰਚਣ ਦੇ ਵੀ ਘੱਟੋ ਘੱਟ 10 ਤੋਂ 15 ਲੋਕ ਮਦਦ ਕਰਨ ਲਈ ਆਏ। ਤੁਸੀਂ ਸਮਾਨ ਦੇਖ ਰਹੇ ਹੋ ਇਹ ਵੀ ਬਾਹਰੋਂ ਮਦਦ ਆਈ ਹੈ ਤੇ ਦੇਖ ਰਹੇ ਹੋ ਵੀ ਮਦਦ ਕਰਨ ਵਾਲਿਆਂ ਦਾ ਤਾਂਤਾ ਲੱਗਿਆ ਪਿਆ ਹੈ। ਇਹ ਬੱਚਿਆਂ ਦੇ ਹੁਣ ਸੁਪਨੇ ਸਾਕਾਰ ਹੋਣਗੇ ਜੋ ਇਹਨਾਂ ਨੇ ਸੋਚੇ ਸੀ ਜੋ ਮਜਬੂਰੀਆਂ ਕਾਰਨ ਦਬ ਗਏ ਸੀ ਦੇਖ ਸਕਦੇ ਹੋ ਤੁਸੀਂ ਤਸਵੀਰਾਂ। ਵੀਰ ਜੀ ਨਾਲ ਗੱਲ ਵੀ ਕਰਦੇ ਹਾਂ। ਵੀਰ ਜੀ ਕਿੱਥੋਂ ਆਏ ਹੋ ਕਿੱਥੋਂ ਇਹ ਵੀਡੀਓ ਦੇਖੀ ਸੀ ਕਿੰਨਾ ਵੱਲੋਂ ਇਹ ਮਦਦ ਜਿਹੜੀ ਕੀਤੀ ਜਾ ਰਹੀ ਹੈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬਾਈ ਅੰਮ੍ਰਿਤਸਰ ਤੋਂ ਆਇਆ ਛਾੜੇ ਤੋਂ ਅਤੇ ਇਸ ਭੈਣ ਦੀ ਚਲੋ ਵੀਡੀਓ ਵੇਖੀ ਆਪਾਂ ਅਤੇ ਬਾਹਰੋਂ ਵੀ ਚਲੋ ਆਪਣੇ ਭਰਾ ਚਲੋ ਵਾਹਵਾ ਹੀ ਆ ਵੀਰ ਉਹਨਾਂ ਦੀ ਵੀਡੀਓ ਭੇਜੀ ਗਈ ਮੈਨੂੰ ਹਾਂ ਵੀ ਆ ਭੈਣ ਦੀ ਆਪਾਂ ਨੂੰ ਮਤ ਕਰਕੇ ਆਉਣੀ ਚਾਹੀਦੀ ਆ। ਮੇਰਾ ਨਾਂ ਗੁਰਪ੍ਰੀਤ ਆ ਉਹਨਾਂ ਗੁਰਪ੍ਰੀਤ ਦੀ ਕਿਹਾ ਕਿ ਵੀਰ ਹੋਣਾ ਅਤੇ ਉਹਨਾਂ ਵੀਰ ਹੋਣਾ ਸੇਵਾ ਭੇਜੀ ਗਈ ਨਾਲ 10,000 ਰੁਪਇਆ ਕੈਸ਼ ਨਾਲ ਕੱਪੜੇ ਕੁੱਪੜੇ ਅਤੇ ਆਪਾਂ ਚਲੋ ਰਾਸ਼ਨ ਦਾ ਆਪਾਂ ਭੈਣ ਨੂੰ ਦੇ ਕੇ ਚੱਲੇ ਹਾਂ ਅਤੇ ਇਹੋ ਜਿਹੇ ਪਰਿਵਾਰਾਂ ਦੀ ਆਪਾਂ ਨੂੰ ਇਹ ਕਹਿੰਦਾ ਮੈਂ ਹਰ ਇੱਕ ਨੂੰ ਯਾਰ ਵੀਡੀਓ ਲੋਕ ਕਹਿੰਦੇ ਹੈਗੇ ਆ ਯਾਰ ਵੀਡੀਓ ਬਣਾ ਕੇ ਤੁਸੀਂ ਲੋਕਾਂ ਦੀ ਬੇਇੱਜ਼ਤੀ ਕਰਦੇ ਹੋ। ਮੈਂ ਆਹ ਚੀਜ਼ਾਂ ਨਹੀਂ ਮੰਨਦਾ ਬੇਇੱਜ਼ਤੀ ਵਾਲੀ, ਇਹ ਕੰਮ ਹੈਗੇ ਸਰਕਾਰਾਂ ਦੇ ਕਰਨ ਵਾਲੇ ਲੋਕਾਂ ਦੀ ਮਦਦ ਕਰਨੀ, ਪਰ ਚਲੋ ਆਪਣੇ ਵੀਰ ਭਰਾ ਚਲੋ ਕਰਨ ਦੇ ਆ। ਹੁਣ ਵੀਡੀਓ ਲਾ ਲਓ ਪਾਈ ਅਗਲਿਆਂ ਵੀਡੀਓ ਵਾਇਰਲ ਹੋਈ ਆ ਅਤੇ ਤਾਂ ਹੀ ਆ ਪਰਿਵਾਰ ਦੀ ਹੈਲਪ ਹੁੰਦੀ ਆ ਜੇ ਵੀਡੀਓ ਪਾਉਂਦੇ ਨਾ ਤੇ ਕਿਹਨੂੰ ਪਤਾ ਲੱਗਣਾ ਭਾਅ ਜੀ ਅਸੀਂ ਲਾ ਲਓ ਕਿੱਡੀ ਦੂਰ ਆ ਆਪਾਂ ਹਨਾ 250 ਕਿਲੋਮੀਟਰ। ਸਾਨੂੰ ਸੁਪਨਾ ਥੋੜ੍ਹਾ ਆਉਣਾ ਜੀ ਹਾਂ ਵੀ ਆਹ ਪਰਿਵਾਰ ਉੱਥੇ ਹੈਗਾ ਆ, ਆਹ ਪਰਿਵਾਰ ਨੂੰ ਚੀਜ਼ ਦੀ ਲੋੜ ਆ ਅਤੇ ਵੀਡੀਓ ਨਾਲ ਆਹ ਫਾਇਦਾ ਜੋ ਹਾਂ ਵੀ ਕਿਸੇ ਵੀ ਸੋਸ਼ਲ ਮੀਡੀਆ 'ਤੇ ਆਪਾਂ ਵੀਡੀਓ ਪਾਉਂਦੇ ਹਾਂ ਅਤੇ ਲੋਕ ਵੇਖਦੇ ਆ, ਕੋਈ ਉਹਨਾਂ ਨੂੰ ਲੱਗਦਾ ਹਾਂ ਵੀ ਆਹ ਲੋੜਵੰਦ ਪਰਿਵਾਰ ਆ ਅਤੇ ਉਹਨਾਂ ਦੀ ਪਰਿਵਾਰਾਂ ਦੀ ਹੈਲਪ ਹੁੰਦੀ ਆ। ਬੱਚੇ ਨਾਲ ਵੀ ਗੱਲ ਕਰਦੇ, ਪੂਜਾ ਕਿੱਦਾਂ ਲੱਗ ਰਿਹਾ ਹੁਣ ਮਕਾਨ ਬਣਨਾ ਸ਼ੁਰੂ ਹੋ ਗਿਆ, ਕੀ ਕਹੋਗੇ? ਤੇ ਉਹਨਾਂ ਲੋਕਾਂ ਨੂੰ ਕੀ ਕਹੋਗੇ ਜਿਹੜੇ ਬਾਹਰੋਂ ਦੇਸ਼ਾਂ ਵਿਦੇਸ਼ਾਂ ਚੋਂ ਮਦਦ ਕਰ ਰਹੇ ਆ ਵੀ ਪੂਜਾ ਦਾ ਜਿਹੜੇ ਸੁਪਨੇ ਆ ਉਹ ਪੂਰੇ ਹੋਣੇ ਚਾਹੀਦੇ? ਪਹਿਲਾਂ ਤਾਂ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਜੋ ਸਾਡੇ ਘਰ ਦਾ ਮੂਰਤ ਹੋਇਆ ਉਹ ਜ਼ਰੂਰ ਇੱਥੇ ਪਹੁੰਚਣ ਜੀ। ਸੱਦਾ ਦੇ ਰਹੇ ਹੋ, ਖੁੱਲ੍ਹਾ ਸੱਦਾ ਹੈ ਸਭ ਲਈ। ਕਰਨਵੀਰ ਵੀ ਸਾਡੇ ਨਾਲ ਮੌਜੂਦ ਹੈ। ਕਰਨਵੀਰ ਕੀ ਕਹੋਗੇ ਹੁਣ ਕਿਵੇਂ ਲੱਗਦਾ? ਪਹਿਲਾਂ ਦਿਹਾੜੀ ਕਰਨੀ ਪੈਂਦੀ ਸੀ, ਅੱਜ ਜਿਹੜੇ ਸੁਪਨੇ ਸੀ ਉਹਨੂੰ ਪੂਰੇ ਕਰਨ ਦਾ ਮੌਕਾ ਮਿਲਿਆ, ਕੀ ਕਰਨਾ ਹੁਣ ਕੀ ਕਰੋਗੇ? ਹਾਲੇ ਤਾਂ ਸੋਚਾਂ ਨਹੀਂ, ਵੱਡੇ ਹੋ ਕੇ ਸੋਚਾਂਗੇ। ਤੇ ਹੁਣ ਕਿੱਦਾਂ ਲੱਗ ਰਿਹਾ? ਹਾਂਜੀ ਵਧੀਆ ਜੀ। ਤੇ ਅੱਜ ਮਕਾਨ ਬਣ ਰਿਹਾ ਸੁਪਨਿਆਂ ਦਾ ਮਹਿਲ, ਉਹ ਪੂਜਾ ਤੇ ਕਰਨਵੀਰ ਉਹਨਾਂ ਦੇ ਸੁਪਨਿਆਂ ਦਾ ਮਹਿਲ ਬਣਨਾ ਸ਼ੁਰੂ ਹੋ ਗਿਆ। ਗੁਰਪ੍ਰੀਤ ਵੀ ਸਾਡੇ ਨਾਲ ਨੇ। ਗੁਰਪ੍ਰੀਤ ਜੀ ਕੀ ਕਹੋਗੇ ਅੱਜ? ਇਹ ਬੱਚੇ ਅੱਜ ਪੂਰੇ ਖੁਸ਼ ਨੇ ਤੇ ਤੁਹਾਨੂੰ ਕਿੱਦਾਂ ਲੱਗ ਰਿਹਾ ਅੱਜ ਇਹ ਦੇਖ ਕੇ? ਅੱਜ ਮੇਰੇ ਕੋਲ ਕੋਈ ਸ਼ਬਦ ਹੀ ਨਹੀਂ ਇਹਨਾਂ ਦੇ ਕਹਿਣ ਵਾਸਤੇ। ਬੱਚੇ ਬੜੇ ਖੁਸ਼ ਆ। ਦੇਖੋ ਵੀਰ ਜੀ ਹੋਰਾਂ ਅੰਮ੍ਰਿਤਸਰ ਤੋਂ ਆਏ ਆ ਸਪੈਸ਼ਲ ਇੱਕ ਵੀਡੀਓ ਦੇਖ ਕੇ ਸੇਵਾ ਕਰਨ ਵਾਸਤੇ। ਬਈ ਇੰਨੇ ਸ਼ਹਿਰਾਂ ਤੋਂ ਜੇ ਮੈਂ ਇੱਕ ਨਾਂ ਲਵਾਂ ਤਾਂ ਬਾਕੀ ਕਹਿਣੀ ਯਾਰ ਇਹਨਾਂ 'ਤੇ ਬਾਹਲਾ ਹੋ ਗਿਆ, ਸਾਡਾ ਨਾਂ ਹੀ ਨਹੀਂ ਲਿਆ ਜੀ, ਹੈ ਨਾ ਜੀ? ਅਤੇ ਅਸੀਂ ਸਭ ਦਾ ਹੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸੰਗਤ ਦੂਰੋਂ ਦੂਰੋਂ ਇੱਥੇ ਵੀ ਪਹੁੰਚ ਰਹੀ ਹੈ, ਸਾਡੇ ਖਾਤਿਆਂ ਦੇ ਵਿੱਚ ਜੋ ਕਲੱਬ ਦੇ 'ਚ ਉਹ 'ਚ ਵੀ ਪੈਸੇ ਪਵਾ ਰਹੇ ਆ ਲੋਕ। ਅਸੀਂ ਜਿੰਨਾ ਵੀ ਧੰਨਵਾਦ ਕਰੀਏ ਉਨਾ ਹੀ ਥੋੜ੍ਹਾ ਸਾਡਾ ਜੀ। ਸਾਡਾ ਕਲੱਬ ਤਹਿ ਦਿਲੋਂ ਧੰਨਵਾਦ ਰਿਣੀ ਹੈ ਜੀ, ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਸੀਂ। ਇੰਨੇ ਦਿਨਾਂ ਦੇ ਬੱਚਿਆਂ ਨਾਲ ਜੁੜੇ ਹੁਣ ਵੀ ਪਿਆਰ ਪੈ ਗਿਆ ਬੱਚਿਆਂ ਨਾਲ ਪੂਰਾ? ਮੈਂ ਕਹਿੰਦਾ ਜੀ ਵੀ ਇੰਨਾ ਕੁ ਪਿਆਰ ਪੈ ਗਿਆ ਵੀ ਇਹ ਹੁੰਦਾ ਯਾਰ ਸਵੇਰੇ ਯਾਰ ਚੱਲੀਏ ਯਾਰ ਹੁਣ ਬੱਚਿਆਂ ਨੂੰ ਮਿਲੀਏ ਜਾ ਕੇ, ਚਲੋ ਰਾਤ ਘਰੇ ਸੁੱਤੇ ਜਾ ਕੇ ਤਾਂ ਰਾਤ ਨੂੰ ਸੁਪਨੇ 'ਚ ਵੀ ਇਹੀ ਚੀਜ਼ਾਂ ਚੱਲੀਆਂ। ਰੀਅਲ ਦੱਸਦਾ ਸੱਚਾਈ ਹੈ ਵੀ ਰਾਤ ਨੂੰ ਸੁਪਨੇ 'ਚ ਵੀ ਉਹੀ ਕੁਛ ਘੁੰਮੀ ਗਿਆ ਯਾਰ, ਪੂਜਾ ਯਾਰ ਕਰਨਾ। ਮੇਰੇ ਬੱਚੇ ਵੀ ਰਾਤ ਆਏ ਸੀ ਇਹਨਾਂ ਨੂੰ ਮਿਲ ਕੇ ਗਏ, ਅੱਜ ਕਹਿੰਦੇ ਪਾਪਾ ਅਸੀਂ ਫਿਰ ਚੱਲਣਾ ਦੁਬਾਰਾ। ਮੈਂ ਕਿਹਾ ਜੀ ਕੋਈ ਨਹੀਂ, ਸ਼ਾਮ ਨੂੰ ਫਿਰ ਆਪਾਂ ਲੈ ਕੇ ਚੱਲਾਂਗੇ। ਬਿਲਕੁਲ ਮੇਲਾ ਲੱਗਿਆ ਪਿਆ ਇਹ ਪੂਜਾ ਕਰਨਵੀਰ
भैन भरावां ने पूरे देशों विदेशों तक लोगों के जिहड़े हिरदे मन जिहड़ा हुंदा है उसते प्रभाव पाया, क्योंकि इन्हां बच्चों की मदद होनी जरूरी सी। ते अपील भी यही है भी इदां दे बच्चों की मदद वध तो वध कीती जावे तां जो इदां दे परिवार गुजारे लई मोहताज ना होण, किसे अगे मंगणा ना पवे। हुण देख सकदे हो मदद करन वालियां दा तांता लग्गिया पिया। दोस्तों शेयर कर दिओ वीडियो नूं तां जो होर भी लोग इत्थे वध तो वध पहुँच सकन अते ये बन रहे खाबां दे महल विच योगदान पा सकन ते इन्हां बच्चों के सुपनों होर ज़्यादा उज्ज्वल कर सकन।